Oh,
ਸੋਨੇ
ਕੀਰਤਨ ਕੀਤਾ ਹੈ ਸਭ ਗੁਰੂ ਦਾ ਹੈ। ਹੋਈਆਂ ਭੁੱਲਾਂ ਬੇਅੰਤ ਭੁੱਲਾਂ ਵਾਸਤੇ ਗੁਰੂ ਦੀ ਪਿਆਰੀ ਸਾਸ ਬਖਸ਼ਣ ਯੋਗ ਹੈ, ਸਮਤ ਬਖਸ਼ੇ ਕਿ ਆਏ ਸਾਲ ਅਸੀਂ ਗੁਰੂ ਦਾ ਜਨਮ ਦਿਨ ਮਨਾਉਂਦੇ ਹਾਂ, ਆਏ ਸਾਲ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ, ਦਸਾਂ ਪਾਤਸ਼ਾਹੀ ਨੂੰ ਹੋਰ ਭਗਤਾਂ ਨੂੰ ਸਾਨੂੰ ਸਭ ਨੂੰ ਸਿੱਖੀ ਸਿੱਖਿਆ ਗੁਰੂ ਦੀ ਵਿਚਾਰ ਇਹ ਦਿਨ ਘੁੱਟ ਕੇ ਪੱਲੇ ਬੰਨਣ ਵਾਲੀਆਂ ਗੱਲਾਂ ਹਨ। ਸਿੱਖੀ ਸਿੱਖਿਆ ਗੁਰ ਵਿਚਾਰ ਜਿਹੜਾ ਕਰਦਾ ਹੈ ਫਿਰ ਨਦਰੀ ਕਰਮ ਇਸ ਪੌਜਲ ਜਗਤ ਤੋਂ ਤੁਹਾਨੂੰ ਬਾਹਰ ਜਿਹੜੇ ਅਸੀਂ ਕਰਮ ਕਰਾਂਗੇ, ਪਰ ਪਹਿਲਾਂ ਸੁਣਿਆ ਸੁਣੇ ਗੁੰਗ ਸੋ ਜਾਏ, ਰਸਨਾ ਜਿਹੜੀ ਗੁੰਗੀ ਹੈ ਉਹ ਵੀ ਬੋਲ ਪੈਂਦੀ, ਸੁਣੇ ਮੂੜ ਚਿੱਤ ਲਾਏ, ਅਤੇ ਜਿਹੜੇ ਮੂਰਖਾਂ ਨੂੰ ਚਿਤਰਤਾ ਦੇ ਦਿੰਦੇ ਬੋਲਣ ਵਾਸਤੇ ਕੁਛ ਕਰਨ ਵਾਸਤੇ। ਆਪਾਂ ਗੁਰੂ ਦੇ ਧਾਰ ਨਹੀਂ ਬਣਨਾ, ਅੰਮ੍ਰਿਤ ਛਕਣਾ ਹੈ, ਸਿੱਖੀ ਨੂੰ ਕਾਇਮ ਕਰਨਾ ਹੈ, ਦਾਖਲਾ ਲੈਣਾ ਹੈ ਗੁਰੂ ਦੇ ਕਲਾਸ ਵਿੱਚ ਬੈਠ ਕੇ, ਅਤੇ ਫਿਰ ਗੁਰੂ ਦੀ ਬਾਣੀ ਨਾਲ ਨਾਲ ਜਪਣਾ ਹੈ। ਜਪ ਮਨ ਗੋਬਿੰਦ ਕੀ ਬਾਣੀ, ਤੇਰਾ ਜਨਮ ਲੋਕ ਸੁਖੀ ਅਤੇ ਪਰਲੋਕ ਸੁਖਲੇ ਬਣਾਏ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨ ਕਮੇਟੀ ਦਾ, ਸਮੂਹ ਕਮੇਟੀ ਦਾ, ਸਮੂਹ ਆਪ ਸਾਫ ਸੁਥਰ ਦਾ ਅਤਿ ਧੰਨਵਾਦੀ ਹਨ, ਜਿਨ੍ਹਾਂ ਨੇ ਇਸ਼ਤਾਸ ਨੂੰ ਜਗ੍ਹਾ ਬਖਸ਼ ਕੇ ਕੀਰਤਨ ਦੇ ਵਾਸਤੇ ਖੁੱਲ੍ਹਾ ਸੱਦਾ ਦੇ ਕੇ ਆਪ ਸਾਹਿਬ ਜੀ ਦੇ ਰੂਬਰੂ ਕੀਤਾ ਹੈ। ਆਓ ਇਤਨੇ ਪਿਆਰ ਨਾਲ ਗੁਰੂ ਦੇ ਅੱਗੇ ਅਰਦਾਸ ਕਰੀਏ ਕਿ ਸਾਡਾ ਇਹ ਜਨਮ ਸੁਖੇਲਾ ਹੋ ਜਾਏ। ਸਵਾਸ ਸਵਾਸ ਗੁਰੂ ਦੇ ਚਰਨਾਂ 'ਚ ਅਰਪਣ ਕਰਦੇ ਹਾਂ, ਫਿਰ ਉਸ ਤੋਂ ਤੁਰੰਤ ਗੁਰੂ ਦੇ ਇਲਾਹੀ ਬਾਣੀ ਦੇ ਹੁਕਮਨਾਮੇ, ਫਿਰ ਗੁਰੂ ਦੇ ਸੀਸ ਪ੍ਰਸਾਦ ਲੈ ਕੇ ਅੰਦਰ ਛੱਕ ਕੇ ਆਪ ਸਭ ਨੇ ਵਿਦਾਇਆ।